ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਦੀ ਕਿਰਪਾ ਹੈ ਅੱਜ ਆਪਾਂ ਮੁਰ ਤੋਂ ਆਪਣੀ ਬੈਠਕ ਸਟਾਰਟ ਕਰ ਰਹੇ ਹਾਂ ਪਿਛਲੇ 4-5 ਹਫਤੇ ਲਗਾਤਾਰ ਟਰੈਵਲਿੰਗ ਦੇ ਵਿੱਚ Zoom ਮੀਟਿੰਗ ਮੈਂ اٹੈਂਡ ਨਹੀਂ ਕਰ ਸਕਿਆ ਸੋ ਸਾਰਿਆਂ ਪਾਸੋਂ ਖੇਮਾਂ ਦੇ ਜਾਚਕਾਂ ਅਸੀਂ 10 ਦਸਵੀਂ ਅਸ਼ਪਦੀ ਵਿਚਾਰੀ ਸੀ ਜਿਸ ਦਾ ਸ਼ਲੋਕ ਹੈ ਉਸਤਤ ਕਰੇ ਅਨੇਕ ਜਨ ਅੰਤ ਨਪਾਰਾ ਵਾਰ ਨਾਨਕ ਰਚਨਾ ਪ੍ਰਭ ਰਚੀ ਬਹੁ ਵਿਦ ਅਨੰਕ ਪ੍ਰਕਾਰ ਉਸਤ ਉਸਤ ਕਹਿੰਦੇ ਆ ਵਡਿਆਈ ਨੂੰ ਬੰਦਗੀ ਵੀ ਤੇ ਜਾਣਕਾਰੀ ਹਾਸਲ ਕਰਨੀ ਬੰਦਗੀ ਵੀ ਕਰਨੀ ਤੇ ਨਾਲ-ਨਾਲ ਗਿਆਨ ਵੀ ਹਾਸਲ ਕਰਨਾ ਇਹ ਕਰਦੇ ਨੇ ਅਬਿਆਸੀ ਗੁਣ ਗਾਉਂਦੇ ਨੇ ਕਰਤੇ ਪੁਰਖ ਦੇ ਗਿਆਨ ਨਾਲ ਵੀ ਸਾਂਝ ਪਾਉਂਦੇ ਨੇ ਪਰ ਇਹ ਕੋਈ ਵੀ ਦਾਵਾ ਨਹੀਂ ਕਰ ਸਕਦਾ ਕਿ ਮੈਨੂੰ ਕਰਤੇ ਪੁਰਖ ਬਾਰੇ ਅਕਾਲ ਪੁਰਖ ਬਾਰੇ ਰੱਬ ਬਾਰੇ ਜਾਣਕਾਰੀ ਹੈ ਨਾਨਕ ਰਚਨਾ ਪ੍ਰਭ ਰਚੀ ਬਹੁ ਬਿਦ ਅਨਕ ਪ੍ਰਕਾਰ ਨਾਨਕ ਜੋਤ ਆਖਦੀ ਹੈ ਕਿ ਉਸ ਪ੍ਰਭੂ ਨੇ ਇਹ ਜੋ ਰਚਨਾ ਕੀਤੀ ਹੈ ਸ੍ਰਿਸ਼ਟੀ ਦੀ ਕਈ ਤਰੀਕਿਆਂ ਦੇ ਨਾਲ ਕੀਤੀ ਹੈ ਪਰ ਦੂਜੇ ਪਾਸੇ ਇਹ ਜਿਹੜਾ ਸਿਲਸਿਲਾ ਹੈ ਸਾਰਾ ਇਹ ਗੁੰਝਲਦਾਰ ਵੀ ਹੈ ਅਸੀਂ ਅੱਗੇ ਇਸ ਅਸ਼ਟਪਦੀ ਦੇ ਪਹਿਲੇ ਚਾਰ ਪਦਿਆਂ ਵਿੱਚ ਇਹ ਵਿਚਾਰ ਕੀਤਾ ਸੀ ਕਿ ਅਣਗਿਣਤ ਲੋਕ ਉਸ ਕਰਤੇਪੁਰਖ ਦੀ ਇਬਾਦਤ ਕਰ ਰਹੇ ਆ ਤੇ ਦੂਸਰੇ ਪਾਸੇ ਨਾਲ ਨਾਲ ਅਣਗਿਣਤ ਹੀ ਕਰਮ ਕਾਂਡਾਂ ਵਿੱਚ ਫਸੇ ਹੋਏ ਆ। ਇਸੇ ਤਰ੍ਹਾਂ ਕਈ ਲੋਕ ਤੀਰਥਾਂ ਤੇ ਵਸਾ ਕਰਨਾ ਚਾਹੁੰਦੇ ਨੇ। ਕਈ ਲੋਕ ਦੁਨੀਆ ਛੱਡ ਕੇ ਉਦਾਸੀਨਤਾ ਦੀ ਲਾਈਫ ਜਿਉਣਾ ਚਾਹੁੰਦੇ ਆ। ਕਈ ਪੜਨਾ ਸੁਣਨਾ ਪਸੰਦ ਕਰਦੇ ਐ ਔਰ ਕਈ ਮੁਸ਼ਕਲ ਤਰੀਕਿਆਂ ਦੇ ਨਾਲ ਤਪੱਸਿਆ ਕਰਦੇ ਐ ਬਹੁਤੇ ਲੋਕ ਜੀਵ ਆਤਮਾ ਨੂੰ ਧਿਆਨ ਵਿੱਚ ਜੋੜਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਦੂਸਰੇ ਪਾਸੇ ਕਈ ਲਿਖੀ ਤੇ ਵਿਚਾਰੀ ਤੁਰੇ ਜਾਂਦੇ ਐ ਬੜੇ ਬੜੇ ਲੇਖ ਲਿਖ ਲੈਂਦੇ ਐ ਉਸ ਕਰਤੇ ਪੁਰਖ ਦੀ ਵਿਚਾਰ ਬਾਰੇ ਪਰ ਕੋਈ ਵੀ ਇਸ ਦਾ ਹੱਦ ਬੰਨਾ ਨਹੀਂ ਪਾ ਸਕਦਾ ਵੱਖ-ਵੱਖ ਤਰੀਕਿਆਂ ਦੇ ਨਾਲ ਨਾਮ ਵਿੱਚ ਧਿਆਨ ਜੋੜਨ ਦੀ ਕੋਸ਼ਿਸ਼ ਕਰਦੇ ਆ ਨਵਤਨ ਵੱਖ-ਵੱਖ ਤਰੀਕੇ ਪਰ ਨਾਨਕ ਜੋਤਿ ਫੈਸਲਾ ਦਿੰਦੇ ਆ ਕਿ ਉਸ ਕਰਤੇ ਪੁਰਖ ਦਾ ਅੰਤ ਪਾਉਣ ਵਿੱਚ ਇਹ ਸਭ ਤਰ੍ਹਾਂ ਦੇ ਲੋਕ ਅਸਮਰਥ ਨੇ ਵੀਰ ਜੀ ਅੱਗੇ ਪਹਿਲਾ ਜਿਹੜਾ ਪਤਾ ਕੱਢੋ ਜੀ ਇਹ ਜਿਹੜਾ ਆਪਾਂ ਪਹਿਲਾ ਪਦਾ ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਬਿਵਹਾਰੀ ਕਈ ਕੋਟ ਭੇਤੀਰਥ ਵਾਸੀ ਕਈ ਕੋਟ ਬਨ ਭ੍ਰਮੇ ਉਦਾਸੀ ਕਈ ਕੋਟ ਵੇਦ ਕੇ ਸ੍ਰਉਤੇ ਕਈ ਕੋਟ ਤਪੀਸਰ ਹੋਤੇ ਕਈ ਕੋਟ ਆਤਮ ਧਿਆਨ ਧਾਰੈ ਕਈ ਕੋਟ ਕਬਕਾਬ ਵਿਚਾਰੈ ਕਈ ਕੋਟ ਨਵਤਨ ਨਾਮ ਧਿਆਵੈ ਨਾਨਕ ਕਰਤੇ ਕਾ ਅੰਤ ਨ ਪਾਵੇ ਸੋ ਇਹੀ ਜਿਹੜਾ ਸ਼ਲੋਕ ਸਾਨੂੰ ਦੱਸ ਰਿਹਾ ਕਿ ਉਸਤਤ ਕਰੇ ਅਨੇਕ ਜਨ ਅੰਤ ਨ ਪਾਰਾ ਵਾਰ ਨਾਨਕ ਰਚਨਾ ਪ੍ਰਭ ਰਚੀ ਬਹੁ ਵਿਦ ਅਨਕ ਪ੍ਰਕਾਰ ਸੋ ਇਹ ਆਪਾਂ ਜਿਹੜੀ 4 ਜਾਂ 5 ਹਫ਼ਤੇ ਪਹਿਲਾਂ ਜਿਹੜੀ ਵਿਚਾਰ ਕੀਤੀ ਸੀ ਉਹ ਉਹਦੇ ਵਿੱਚ ਆਪਾਂ ਇਹ ਸਾਰੀਆਂ ਗੱਲਾਂ ਵਿਚਾਰੀਆਂ ਸੀ ਤੇ ਆਪਾਂ ਪਹਿਲੇ 4 ਪਦੇ ਪੂਰੇ ਕੀਤੇ ਸੀ ਹੁਣ ਆਪਾਂ ਅੱਜ ਕਰਾਂਗੇ 5ਵਾਂ ਪਦਾ ਸੰਗਤਾਂ ਨੂੰ ਯਾਦ ਹੋਣਾ ਕਿ ਇਹ ਵੀ ਆਪਾਂ ਅਸਲ 'ਚ ਕੀਤਾ ਸੀ इंडिया ਤੋਂ ਲੇਕਿਨ ਉਹ ਬੈਡ ਕਨੈਕਸ਼ਨ ਹੋਣ ਕਰਕੇ ਉਸ ਵੇਲੇ ਥੋੜੇ ਜੇ ਹਾਲਾਤ ਇਸ ਤਰ੍ਹਾਂ ਦੇ ਪੰਜਾਬ ਚ ਬਣ ਗਏ ਸੀ ਕਿ ਇੰਟਰਨੈਟ ਵਗੈਰਾ ਸਾਰੇ ਬੰਦ ਹੋਏ ਸੀ ਸੋ ਇਹ ਆਪਾਂ ਪ੍ਰੋਪਰਲੀ ਸਾਂਝ ਨਹੀਂ ਪਾ ਸਕੇ ਨਾ ਹੀ ਇਹ ਰਿਕਾਰਡ ਕਰ ਸਕੇ ਇਸ ਕਰਕੇ ਆਪਾਂ ਇਹ ਜਿਹੜਾ ਅਸ਼ਟਪਦੀ ਦਾ ਦੂਸਰਾ ਹਿੱਸਾ ਹੈ ਜਿਹੜਾ ਪੰਜਵਾਂ ਛੇਵਾਂ ਸੱਤਵਾਂ ਅੱਠਵਾਂ ਪਤਾ आप जो भी विचार अज्दार कोशिश करा कई कोट पाताल के वासी कई कोट नरक कई कोट जन्मे जीवे मरे ਕਈ ਕੋਟ ਬੋਜੋਨੀ ਫਿਰੇ ਹੁਣ ਆਪਾਂ ਉਸ ਸ਼ਲੋਕ ਨੂੰ ਆਪਣੇ ਧਿਆਨ ਚ ਰੱਖਣਾ ਹਮੇਸ਼ਾ ਉਸਤਤ ਕਰੇ ਅਨੇਕ ਜਨ ਅੰਤ ਨ ਪਾਰਾ ਵਾਰ ਨਾਨਕ ਰਚਨਾ ਪ੍ਰਭ ਰਚੀ ਬਹੁ ਵਿਧ ਅਨਕ ਪ੍ਰਕਾਰ ਇਥੇ ਪਾਤਸ਼ਾਹ ਕਹਿ ਰਹੇ ਹੈ ਕਿ ਪਤਾਲ ਵਿੱਚ ਵੀ ਬੇਅੰਤ ਜੀਵ ਨੇ ਕਰੋੜਾਂ ਹੀ ਨਰਕ ਸੁਰਗ ਭਾਵ ਮਾੜੀ ਤੇ ਚੰਗੀ ਜ਼ਿੰਦਗੀ ਭੋਗ ਰਿਆ ਕਈ ਕੋਟ ਜਨਮে ਜੀਵੇ ਮਰੇ ਬੇਅੰਤ ਹੀ ਜਮਦੇ ਤੇ ਮਰਦੇ ਨੇ ਕਈ ਕੋਟ ਬਹੁ ਜੁਨੀ ਫਿਰੈ ਅਤੇ ਬਿਆੰਤ ਹੀ 84 ਦੇ ਗੇਟ ਚ ਫਸੇ ਪਏ ਨੇ। ਕਈ ਕੋਟ ਬੈਠਤ ਹੀ ਖਾਂ। ਕਰੋੜਾਂ ਹੀ ਲੋਕ ਕਈ ਕੋਟ ਕਈ ਕਰੋੜਾਂ ਹੀ ਉਹ ਬਿਨਾ ਮਿਹਨਤ ਕੀਤਿਆਂ ਹੀ ਕਰ ਰਹੇ کئی ਕੋਟ ਘਾਲੇ ਥੱਕ ਪਾਏ ਅਤੇ ਬੇੰਤ ਲੋਕੀ ਮਿਹਨਤ ਮਜ਼ਦੂਰੀ ਕਰਕੇ ਥੱਕ ਟੁੱਕੇ ਆਪਣਾ ਜਿਹੜਾ ਜੀਵਨ ਚਲਾ ਰਹੇ کئی ਕੋਟ ਬੈਠੇ ਥੀ ਖਾਂ ਹੈ ਬੜਾ ਇੰਪੋਰਟੈਂਟ ਹੈ ਕਈ ਬਿਨਾ ਮਿਹਨਤ ਕੀਤਿਆਂ ਹੀ ਕਈਆਂ ਕੋਲ ਇੰਨਾ ਪੈਸਾ ਹੈ ਕਿਉਂ ਬੜੇ ਹਰਾਮ ਦੇ ਨਾਲ ਆਪਣੀ ਜ਼ਿੰਦਗੀ ਜਿਉ ਰਹੇ ਆ ਔਰ ਕਈ ਮਿਹਨਤ ਮਜ਼ਦੂਰੀ ਕਰਕੇ ਵੀ ਮੁਸ਼ਕਲ ਨਾਲ ਆਪਣਾ ਗੁਜ਼ਾਰਾ ਕਰ ਰਹੇ ਆ ਕਈ ਕੋਟ ਕੀਏ ਤਨਵੰਤ ਕਈ ਕੋਟ ਮਾਇਆ ਮੈਂ ਚਿੰਤ ਕਈ ਬਹੁਤੇ ਅਮੀਰ ਬਣਾ ਦਿੱਤੇ ਨੇ ਤੇ ਕਈਆਂ ਨੂੰ ਆਪਣੀ ਰੋਜ਼ੀ ਰੋਟੀ ਦਾ ਹੀ ਫਿਕਰ ਲੱਗਿਆ ਪਿਆ ਜੈ ਜੈ ਭਾਣਾ ਤੈ ਤੈ ਰਾਖੇ ਨਾਨਕ ਸਭ ਕਿਛ ਪ੍ਰਭ ਕੇ ਹੱਥੇ ਜਿਵੇਂ ਜਿਵੇਂ ਦੇ ਕਰਮ ਨੇ ਤੇਵੇਂ ਤੇਵੇਂ ਜੀਵਾਂ ਦੀ ਵਰਤਮਾਨ ਜ਼ਿੰਦਗੀ ਚੱਲਦੀ ਹੈ ਜੈ ਜੈ ਭਾਣਾ ਤੈ ਤੈ ਰਾਖੇ ਜੀਵਾਂ ਦੇ ਕਰਮਾਂ ਦੇ ਅਨੁਸਾਰ ਉਹਨਾਂ ਦੀ ਵਰਤਮਾਨ ਜ਼ਿੰਦਗੀ ਜਿਹੜੀ ਆ ਉਹ ਚੱਲ ਰਹੀ ਹੈ ਨਾਨਕ ਜੋਤ ਕੀ ਕਹਿੰਦੇ ਐ ਨਾਨਕ ਸਭ ਕੁਝ ਪ੍ਰਭ ਕੈ ਹੱਥ ਹੈ ਕਿ ਇਹ ਜਿਹੜੀਆਂ ਗੱਲਾਂ ਪਉਤੇ ਵਿਚਾਰ ਕੇ ਆਏ ਆ ਇਹ ਸਭ ਕੁਸ਼ ਕਰਤੇ ਪੁਰਖ ਦੇ ਹੱਥ ਵਿੱਚ ਹੈ ਇਹ ਪਰੋਸਾ ਹੈ اٹਟ ਪਰੋਸਾ ਅਸੀਂ ਐਵੇਂ ਦੇਖ ਕੇ ਕਈ ਵਾਰੀ ਕਿ ਫਲਾਣੇ ਬੰਦੇ ਕੋਲ ਬਹੁਤ ਪੈਸਾ ਹੈ ਫਲਾਣੇ ਬੰਦੇ ਕੋਲ ਬੜੀ ਸੋਹਣੀ ਗੱਡੀ ਹੈ ਅਸੀਂ ਰੀਸਾਂ ਕਰ ਬੈਠਦੇ ਹਾਂ ਪਰ ਇੱਥੇ ਮਹਲਾ ਪੰਜਵਾਂ ਸਾਡਾ ਭਰੋਸਾ ਸਾਡੀ ਪ੍ਰਤੀਤ ਪਿਆਰ ਇੰਨਾ ਪੱਕਾ ਰਹੇ ਆ ਯਕੀਨ ਦਵਾਰੇ ਆ ਕਿ ਇਹ ਸਭ ਗੱਲਾਂ ਕਰਤੇ ਪੁਰਖ ਦੇ ਹੱਥ ਵਸਨੇ ਜੈ ਜੈ ਭਾਣਾ ਤੈ ਤੇ ਰਾਖੇ ਜਿਵੇਂ ਜਿਵੇਂ ਦੇ ਕਰਮ ਜੀਵ ਕੁਮਾਰਿਆ ਉਸ ਤਰ੍ਹਾਂ ਉਹਦੀ ਵਰਤਮਾਨ ਲਾਈਫ ਚੱਲ ਰਹੀ ਹੈ ਜਾਂ ਜਿੱਥੇ ਜਿੱਥੇ ਪ੍ਰਮਾਤਮਾ ਚਾਹੁੰਦਾ ਜੀਵ ਨੂੰ ਉਥੇ ਉਥੇ ਹੀ ਰੱਖਦਾ ਇਸ ਕਰਕੇ ਨਾਨਕ ਜੋਤੇ ਫੈਸਲਾ ਦਿੰਦੇ ਐ ਕਿ ਇਹ ਸਭ ਗੱਲਾਂ ਇਹ ਸਭ ਨਿਯੰਤਰਣ ਕਰਤੇ ਪੁਰਖ ਦੇ ਹੱਥ ਵਿੱਚ ਹੈ ਅੱਗੇ ਚੱਲੀਏ ਜੀ ਨੰਬਰ 6 ਕਈ ਕੋਟ ਭਏ ਬੈਰਾਗੀ RAM ਨਾਮ ਸੰਗ ਤਿੰਨ ਲਿਵ ਲਾਗੀ ਬਹੁਤੇ ਲੋਗ ਦੁਨੀਆ ਚ ਰਹਿੰਦੇ ਹੋਏ ਮਾਇਆ ਦੇraag ਤੋਂ ਟੁੱਟ ਕੇ ਪ੍ਰਭੂ ਵਾਲੇ ਪਾਸੇ ਲੱਗੇ ਨੇ ਅਤੇ ਉਹਨਾਂ ਦੀ ਪ੍ਰਭੂ ਨਾਲ ਲਿਵ ਵੀ ਜੁੜ ਜਾਂਦੀ ਹੈ ਕਈ ਕੋਟ ਭਏ ਬੈਰਾਗੀ ਬੈਰਾਗ ਬੈਰਾਗ ਦਾ ਮਤਲਬ ਹੈ ਅਸਲ ਚ ਆਪਾਂ ਸੈਡਨੈਸ ਤੋਂ ਲਿਨੇ ਆ ਲੇਕਿਨ ਬੈਰਾਗ ਜਿਹੜਾ ਹੈ ਦੁਨੀਆ ਦੇ ਰਾਗ ਤੋਂ ਟੁੱਟ ਕੇ ਮਤਲਬ ਦੁਨੀਆ ਨਾਲੋਂ ਟੁੱਟ ਕੇ ਆਪਾਂ ਪਰਮਾਤਮਾ ਵਾਲੇ ਪਾਸੇ ਲੱਗਣਾ ਫੇਰ ਗੱਲ ਨੂੰ ਸਮਝਿਓ ਕਿਉਂਕਿ ਅਗਲੀ ਜਿਹੜੀ ਲਾਈਨ ਹੈ ਉਹ ਕਲੀਅਰ ਕਰਦੀ ਹੈ ਕਹਿੰਦੇ RAM ਨਾਮ ਸੰਗ ਤਿੰਨ ਲਿਵ ਲੱਗੀ ਜੋ ਮਾਇਆ ਤੋਂ ਟੁੱਟਣ ਦੀ ਕੋਸ਼ਿਸ਼ ਕਰੇਗਾ ਉਹ ਹੀ ਰੱਬ ਨਾਲ ਜੁੜੇਗਾ ਜੋ ਮਾਇਆ ਦੇ ਝਮੇਲਿਆਂ ਚੋਂ ਨਿਕਲਣ ਦਾ ਉਦਮ ਕਰੇਗਾ ਉਸ ਦੀ ਹੀ ਲਿਵ ਉਸ ਕਰਤੇ ਪੁਰਖ ਦੇ ਸ਼ਬਦ ਵਿੱਚ ਜੁੜ ਸਕਦੀ ਹੈ ਕਈ ਕੋਟ ਪ੍ਰਭ ਕੋ ਖੋਜਨਤੇ ਆਤਮ ਮੈਂ ਪਾਰ ਬ੍ਰह्म ਲਹਨਤੇ ਹੁਣ ਬਹੁਤੇ ਲੋਕ ਕਰਤੇ ਪੁਰਖ ਦੀ ਇਬਾਦਤ ਕਰ ਰਹੇ ਆ ਖੋਜ ਰਹੇ ਆ ਖੋਜਨ ਤੇ ਦਾ ਮਤਲਬ ਹੈ ਖੋਜਣ ਦਾ ਮਤਲਬ ਹੈ ਕਰਤੇ ਪੁਰਖ ਦੀ ਇਬਾਦਤ ਕਰਨੀ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ ਹੁਣ ਦਿਲ ਨੂੰ ਕਿਦਾਂ ਖੋਜੀਏ ਕਿਦਾਂ ਖੋਜੀਏ ਦਿਲ ਨੂੰ ਫਿਰ ਪਾਤਸ਼ਾ ਇੱਕ ਥਾਂ ਤੇ ਸਮਝਾਉਂਦੇ ਆ ਉੱਥੋਂ ਸਾਨੂੰ ਇਹ ਜਵਾਬ ਮਿਲਦਾ ਕਿ ਰਾਮ ਰਾਮ ਬੋਲ ਬੋਲ ਖੋਜ ਤੇ ਵਡਭਾਗੀ ਜਿਹੜੇ ਆਪਣੀ ਪਰਜੋਲ ਸਿਰਫ ਤੇ ਸਿਰਫ ਨਾਮ ਜਪ ਕੇ ਕਰਦੇ ਐ ਉਹੀ ਵਡਭਾਗੀ ਨੇ ਸੋ ਬੇਰਾਗੀ ਉਹ ਹੈ ਜਿਹੜਾ ਦੁਨੀਆ ਦੇ ਰਾਗ ਤੋਂ ਟੁੱਟ ਜਾਏ माया ਤੋਂ ਟੁੱਟ ਜੇ ਤੇ ਪ੍ਰਭੂ ਵਾਲੇ ਪਾਸੇ ਲੱਗ ਕੇ ਉਸ ਕਰਤੇ ਪੁਰਖ ਨਾਲ ਲਿਵ ਜੋੜੇ ਹੁਣ ਬਹੁਤੇ ਲੋਕ ਕਰਤੇ ਪੁਰਖ ਦੀ ਇਬਾਦਤ ਕਰ ਰਹੇ ਆ ਉਹ ਆਪਣੇ ਅੰਦਰ ਵੀ ਮਿਲਾਪ ਕਰ ਲੈਂਦੇ ਆ ਕਰਤੇ ਪੁਰਖ ਨਾਲ ਆਪਣੇ ਅੰਦਰ ਹੀ ਮਿਲਾਪ ਕਰ ਲੈਂਦੇ ਆ ਕਈ ਕੋਟ ਪ੍ਰਭ ਕੋ ਖੋਜਨ ਤੇ ਆਤਮ ਮੈਂ ਪਾਰ ਬ੍ਰਹਮ ਲਹੰਤੇ ਉਹ ਅੰਦਰੇ ਹੀ ਕਰਤੇ ਪੁਰਖ ਨੂੰ ਪ੍ਰਗਟ ਕਰ ਲੈਂਦੇ ਆ ਕਈ ਕੋਟ ਦਰਸ਼ਨ ਪ੍ਰਭ ਪਿਆਸ ਤਿੰਨ ਕੋ ਮਿਲਿਓ ਪ੍ਰਭ ਅਵਨਾਸ ਹੁਣ ਕਈ ਲੋਕ ਪ੍ਰਭੂ ਦੇ ਦਰਸ਼ਨਾਂ ਵਾਸਤੇ ਕਠਨ ਤੋਂ ਕਠਨ ਤਪੱਸਿਆ ਕਰਦੇ ਆ ਬੇਨਤੀ ਰੂਪ ਦੇ ਵਿੱਚ ਕਈ ਕੋਟ ਦਰਸ਼ਨ ਪ੍ਰਪਿਆਸ ਦੀਦਾਰ ਦੀ ਤਾਂਗ ਲੱਗੀ ਹੈ ਕਹਿੰਦੇ ਤਿੰਨ ਕੋ ਮਿਲੇਓ ਪ੍ਰਭ ਅਬਨਾਸ ਉਹਨਾਂ ਨੂੰ ਉਸ ਅਬਨਾਸੀ ਪ੍ਰਭੂ ਦਾ ਮਿਲਾਪ ਹਾਸਲ ਹੁੰਦਾ ਹੈ ਕਈ ਕੋਟ ਮੰਗੇ ਸਤ ਸੰਗ ਕਈ ਜੋਦੜੀਆਂ ਕਰਦੇ ਆ ਅਰਦਾਸਾਂ ਕਰਦੇ ਆ ਪ੍ਰਭੂ ਦਾ ਸੰਗ ਭਾਲਦੇ ਆ ਬੰਦਗੀ ਕਰਦੇ ਆ ਪਾਰ ਬ੍ਰਹਮ ਤਿੰਨ ਲਾਗਾ ਰੰਗ ਉਸ ਪਾਰ ਬ੍ਰਹਮ ਦੀ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਪ੍ਰਮਾਤਮਾ ਉਹਨਾਂ ਦੀ ਬੰਦਗੀ ਨੂੰ ਫਲ ਲਾ ਦਿੰਦਾ ਉਹਨਾਂ ਦੀ ਬੰਦਗੀ ਨੂੰ ਰੰਗ ਚੜਾ ਦਿੰਦਾ ਜਿੰਨ ਕੋ ਹੋਏ ਆਪ ਸੁਪ੍ਰਸੰਨ ਜਿਸ ਉੱਤੇ ਜਿਸ ਅਬਲਖੀ ਉਤੇ ਜਿਸ ਅਭਿਆਸੀ ਉਤੇ ਉਸ ਕਰਤੇ ਪੁਰਖ ਦਾ ਗੁਰ ਪ੍ਰਸਾਦ ਹੋ ਗਿਆ ਨਾਨਕ ਜੋਤ ਕੀ ਫੈਸਲਾ ਦਿੰਦੇ ਐ ਨਾਨਕ ਤੇ ਜਨ ਸਦਾ ਧਨ ਧਨ ਉਹ ਜਨ ਸਦਾ ਸਦਾ ਧਨਤਾ ਦੇ ਯੋਗ ਨੇ ਤੇ ਇੱਕ ਥਾਂ ਤੇ ਪ੍ਰਮਾਤਮਾ ਇਹ ਵੀ ਕਹਿੰਦੇ ਐ ਜਿਹੜੇ ਲੋਕ ਭਗਤੀ ਨਹੀਂ ਕਰਦੇ ਮਾਨਸ ਜਨਮ ਲੈ ਕੇ ਐਵੇਂ ਦੁਨਿਆਵੀ ਝੁਮੇਲਿਆਂ ਚ ਜਾਂ ਮਾਇਆ ਚ ਹੀ ਗਵਾ ਦਿੰਦੇ ਆ ਉਹ ਕਹਿੰਦੇ ਆ ਮਾਣੂ ਕੱਲੇ ਉੱਠੀ ਚੱਲੇ ਸਾਧ ਨਾਹੀ ਇਵੇ ਹੀ ਕੱਲੇ ਤੈਨੂੰ ਜਨਮ ਦੇ ਕੇ ਭੇਜਿਆ ਸੀ ਉੱਤਮ ਜੋਨ ਤੈਨੂੰ ਦੇ ਕੇ ਭੇਜਿਆ ਸੀ ਤੇ ਤੂੰ ਕੁਛ ਕਰਕੇ ਨਹੀਂ ਆਇਆ ਉੱਥੇ ਮਾਣੂ ਕੱਲੇ ਉੱਠੀ ਚੱਲੇ ਜਿੱਦਾਂ ਆਇਆ ਉਦਾਂ ਹੀ ਆ ਗਿਆ ਵਾਪਸ ਉਦਾਂ ਹੀ ਉੱਠ ਗਿਆ ਇਸ ਜਹਾਨ ਤੋਂ ਕਹਿੰਦੇ ਸਵਾਦ ਨਹੀਂ ਵੇਹੀ ਗੱਲੇ ਕਹਿੰਦੇ ਕੋਈ ਸਵਾਦ ਵਾਲੀ ਗੱਲ ਨਹੀਂ ਹੋਈ ਹੈ ਕਿੰਨਾ ਸਿੰਪਲ ਅਸੀਂ ਰੋਜ਼ ਪੜ੍ਹਦੇ ਆ ਭਈ ਪ੍ਰਾਪਤ ਮਾਨੁਖ ਦੇਹੁਰਿਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਇਹ ਸਾਡਾ ਮਕਸਦ ਹੈ ਮਾਨਸ ਜਨਮ ਦਾ ਮਾਨਸ ਜਨਮ ਦੁਲੰਭ ਹੈ ਹੋਏ ਨਾ ਬਾਰਿਆ ਬਾਰ ਜਿਉ ਬਨਫਲ ਪਾਕੇ ਭੋਏ ਗਰੇ ਬਹਰ ਨਾ ਲਾਗੇ ਢਾਰ ਸੋ ਜਿਸ ਦੇ ਉੱਤੇ ਕਰਤੇ ਪੁਰਖ ਦਾ ਗੁਰਪ੍ਰਸਾਦ ਹੋ ਗਿਆ ਗੁਰਪ੍ਰਸਾਦ ਉਸੇ ਤੇ ਹੋਣਾ ਜਿਹੜਾ ਉਦਦਮ ਕਰੇਗਾ ਜਿਹੜਾ ਗੁਣਾ ਦੀ ਸਾਂਝ ਪਾਏਗਾ ਮਿਹਨਤ ਕਰੇਗਾ ਅਭਿਆਸ ਕਰੇਗਾ ਭਗਤੀ ਕਰੇਗਾ ਇਬਾਦਤ ਕਰੇਗਾ ਨਾਨਕ ਜੋਤ ਕਹਿੰਦੇ ਹੈ ਕਿ ਉਹ ਮਨੁੱਖ ਤਨਤਾ ਦੇ ਯੋਗ ਨੇ ਅੱਗੇ ਚਲੀਏ ਜੀ ਪਦਾ ਨੰਬਰ 7 ਹੁਣ ਇੱਥੇ ਕਈ ਕੋਟ ਖਾਣੀ ਅਰਖੰਡ ਕਈ ਕੋਟ ਆਕਾਸ਼ ਬ੍ਰਹਿਮੰਡ ਕਰੋੜਾਂ ਹੀ ਜੀਵ ਖਾਣੀਆਂ ਦੇ ਵਿੱਚ ਉਤਪੰਨ ਹੋਏ ਨੇ ਪੈਦਾ ਹੋਏ ਨੇ ਹੁਣ ਇਹ ਖਾਣੀਆਂ ਕੀ ਨੇ ਇਹ ਚਾਰ ਹਿੱਸੇ ਨੇ ਦੁਨੀਆ ਦੇ ਜਿੱਥੋਂ ਜੀਵ ਪੈਦਾ ਹੁੰਦੇ ਆ ਪਹਿਲਾ ਹੈ ਅੰਡਜ ਦੂਸਰਾ ਜੇਰਜ ਤੀਸਰਾ ਸੇਤਜ ਤੇ ਚੌਥਾ ਉਤਪੁਜ ਇਹ ਆਪਾਂ ਪਹਿਲਾਂ ਵੀ ਕਈ ਵਾਰੀ ਡਿਟੇਲ ਚ ਕਰਕੇ ਆਏ ਆ ਇਸ ਬਾਰੇ ਖੁਲਾਸਾ ਸੋ ਅੰਡਜ ਜੇਰਜ ਸੇਤਜ ਉਤਪੁਜ ਕਰੋੜਾ ਹੀ ਜੀਵ ਇਹਨਾਂ ਚਾਰ ਖਾਣੀਆਂ ਚ ਨੇ ਤੇ ਦੁਨੀਆ ਦੇ ਕਈ ਖੰਡ ਨੇ ਕਈ ਆਕਾਸ਼ ਕਈ ਬ੍ਰਹਿਮੰਡ ਨੇ ਉਹਨਾਂ ਵਿੱਚ ਵੀ ਜੀਵ ਜਿਹੜੇ ਐ ਉਹ ਉਤਪੰਨ ਹੋ ਰਹੇ ਐ ਪੈਦਾ ਹੋ ਰਹੇ ਐ ਕਈ ਕੋਟ ਹੋਏ ਅਵਤਾਰ ਕਈ ਯੁਗਤਕੀਨੋ ਵਿਸਥਾਰ ਹੁਣ ਬਿਆੰਤੀ ਲੋਕ ਆ ਜਾ ਰਹੇ ਨੇ ਪੈਦਾ ਹੋ ਰਹੇ ਨੇ ਇਸ ਜਹਾਨੋਂ ਰੁਖਸਤ ਹੋ ਰਹੇ ਹੈ ਬੇਅੰਤ ਹੀ અવਤਾਰ ਮਾਰਗਦਰਸ਼ਕ ਨੇ ਕਈ ਕੋਟ ਹੋਏ અવਤਾਰ અવਤਾਰ ਉਹਨਾਂ ਨੂੰ ਕਿਹਾ ਜਾਂਦਾ ਹੈ ਜਿਹੜੇ ਲੋਕਾਂ ਦਾ ਮਾਰਗਦਰਸ਼ਨ ਕਰਦੇ ਆ અવਤਾਰ ਦਾ ਮਤਲਬ ਜੰਮਣ ਮਰਨ ਵਾਲੇ ਉਹ ਆਉਂਦੇ ਨੇ ਦੁਨੀਆ ਤੇ ਤੇ ਚਲੇ ਜਾਂਦੇ ਆ ਸੋ ਕਈਆਂ ਤਰੀਕਿਆਂ ਨਾਲ ਇਸ ਬ੍ਰਹਿਮੰਡ ਦਾ ਪਸਾਰਾ ਕੀਤਾ ਕਈ ਕੋਟ ਹੋਏ અવਤਾਰ ਕਈ ਯੁਗਤ ਕਿਨੂ ਵਿਸਥਾਰ ਯੁਗਤ ਕਈ ਤਰੀਕਿਆਂ ਦੇ ਨਾਲ ਕਰਤੇ ਪੁਰਖ ਨੇ ਇਸ ਸ੍ਰਿਸ਼ਟੀ ਇਸੇ ਤਰ੍ਹਾਂ ਦੇ ਸਿਧਾਂਤ ਦੇ ਵਿੱਚ ਰਚੀ ਹੈ ਇਥੇ ਚਾਰ ਖਾਣੀਆਂ ਨੇ ਅੰਦਟ ਜੇਰੇਜ ਸੁਤਪੁਜ ਉਸ ਸੇਤਜ ਉਤਪੁਜ ਚਾਰ ਖਾਣੀਆਂ ਚ ਜੀਵ ਉਤਪਨ ਹੁੰਦੇ ਐ ਉਹਨਾਂ ਦਾ ਨਾਸ ਵੀ ਹੋ ਜਾਂਦਾ ਐ ਇਸ ਤਰ੍ਹਾਂ ਕਰਤੇ ਪੁਰਖ ਨੇ ਇਸ ਬ੍ਰਹਿਮੰਡ ਦਾ ਪਸਾਰਾ ਕੀਤਾ ਹੈ ਵਿਸਥਾਰ ਕੀਤਾ ਹੈ ਜਗਤ ਦੀ ਕਈ ਤਰੀਕਿਆਂ ਦੇ ਨਾਲ ਰਚਨਾ ਕੀਤੀ ਐ ਕਈ ਬਾਰ ਪਸਰਿਓ ਪਸਾਰ ਸਦਾ ਸਦਾ ਇੱਕ ਇੱਕ ਓੰਕਾਰ ਕਈ ਵਾਰ ਦੁਨੀਆ ਦਾ ਬਣਨਾ ਤੇ ਰੀ ਆਰਗੇਨਾਈਜ਼ ਹੋਣਾ ਪਰ ਇਸ ਸਾਰੇ ਸਿਲਸਿਲੇ ਦੇ ਵਿੱਚ ਕਰਤਾ ਪੁਰਖ ਇੱਕੋ ਹੀ ਹੈ ਇਸ ਸ੍ਰਿਸ਼ਟੀ ਦਾ ਰਚਨਹਾਰ ਇੱਕੋ ਹੀ ਹੈ ਸਦਾ ਸਦਾ ਇੱਕ ਏਕ ਓੰਕਾਰ ਉਹਦੇ 'ਚ ਕੋਈ ਤਬਦੀਲੀ ਨਹੀਂ ਆਉਂਦੀ ਉਸੇ ਤਰ੍ਹਾਂ ਕਾਇਮ-ਦਾਇਮ ਹੈ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਉਸੇ ਤਰ੍ਹਾਂ ਕਾਇਮ-ਦਾਇਮ ਰਹੇਗਾ ਵੀ ਕਈ ਕੋਟ ਕਿੰਨੇ ਬੋਪਾਂਤ ਪ੍ਰਪਤੇ ਹੋਏ ਪ੍ਰਭ 마ਹੇ ਸਮਾਤ ਹੁਣ ਕਈਆਂ ਨੂੰ ਤਰ੍ਹਾਂ-ਤਰ੍ਹਾਂ ਦੇ ਤਰੀਕਿਆਂ ਨਾਲ ਕਰਤੇ ਪੁਰਖ ਨੇ ਬਣਾਇਆ ਤੇ ਉਹ ਅਖੀਰ ਨੂੰ ਉਸ ਕਰਤੇ ਪੁਰਖ ਚ ਹੀ ਸਮਾ ਜਾਂਦੇ ਆ ਚੰਗੇ ਵੀ ਮਾੜੇ ਵੀ ਆਪਣੇ ਰਿਵਾਰਡ ਲੈਣ ਵਾਸਤੇ ਆਪਣੇ ਰਿਵਾਰਡ ਲਿੰਦੇ ਆ ਉਹ ਕੀ ਕੋਟ ਕਿਨੇ ਬਪਾਂਤ ਪ੍ਰਭ ਤੇ ਹੋਏ ਪ੍ਰਭ ਮਹੇਸ਼ ਮਾਕ ਦਾ ਕਾ ਅੰਤ ਨਾ ਜਾਣੇ ਕੋਈ ਪਰ ਉਸ ਪ੍ਰਭੂ ਦਾ ਅੰਤ ਜਾਂ ਉਸ ਪ੍ਰਭੂ ਬਾਰੇ ਜਾਣਕਾਰੀ ਪੂਰੀ ਜਾਣਕਾਰੀ ਕੋਈ ਬੰਦਾ ਹਾਸਲ ਨਹੀਂ ਕਰ ਸਕਦਾ ਆਪੇ ਆਪ ਨਾਨਕ ਪ੍ਰਭ ਸੋਏ ਕਿਉਂ ਨਾਨਕ ਜੋਤੇ ਫੈਸਲਾ ਦਿੰਦੇ ਆ ਕਿ ਉਹ ਆਪਣੇ ਵਰਗਾ ਆਪ ਹੀ ਹੈ ਸੈ ਭੰਗ ਉਹ ਆਪਣੇ ਵਰਗਾ ਆਪ ਹੀ ਹੈ ਉਦਯਰਗਾ ਹੋਰ ਕੋਈ ਨਹੀਂ ਨਾ ਕੋਈ ਉਸ ਦਾ ਅੰਤ ਪਾ ਸਕਦਾ ਇੱਥੇ ਪਦਾ ਨੰਬਰ 7 ਸਮਾਪਤ ਹੋ ਰਿਹਾ ਹੈ ਅੱਗੇ ਚੱਲੀਏ ਪਦਾ ਨੰਬਰ 8 ਇਹ ਕਈ ਕੋਟ ਪਾਰ ਬ੍ਰਹਮ ਕੇ ਦਾਸ ਦੇਖੋ ਕਰੋੜਾਂ ਹੀ ਜੀਵ ਜਿਹੜੇ ਐ ਉਹ ਪ੍ਰਭੂ ਬੰਦਗੀ ਕਰ ਰਹੇ ਐ ਤੇ ਤਿੰਨ ਹੋਵਤ ਆਤਮ ਪ੍ਰਗਾਸ ਉਹਨਾਂ ਦੇ ਅੰਦਰ ਹੀ ਕਰਤੇ ਪੁਰਖ ਦਾ ਪ੍ਰਕਾਸ਼ ਹੋ ਜਾਂਦਾ ਹੈ ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰੇ ਇੱਕੋ ਨੇਤਰੇ ਕਈ ਲੋਕ ਅਧਿਆਤਮਕ ਅਵਸਥਾ ਗਿਆਨ ਪਦਾਰਥ ਦੇ ਮਗਰ ਲੱਗੇ ਹੋਏ ਆ ਤਤ ਤਤ ਦੇ ਵਿੱਚ ਅਧਿਆਤਮਕ ਅਵਸਥਾ ਵੀ ਹੈ ਤੇ ਗਿਆਨ ਵੀ ਹੈ ਜਿੱਦਾਂ ਉਸਤਤ ਉਸਤਤ ਕਰੇ ਅਨੇਕ ਜਨ ਕਿ ਉਹਦੀ ਬੰਦਗੀ ਵੀ ਕਰਨੀ ਹੈ ਔਰ ਉਹਦਾ ਗਿਆਨ ਵੀ ਹਾਸਲ ਕਰਨਾ ਹੁਣ ਕਈ ਲੋਕ ਤਤ ਦੇ ਪਿੱਛੇ ਲੱਗੇ ਆ ਤਤ ਕੇ ਬੀਤੇ ਉਹ ਅਧਿਆਤਮਕ ਅਵਸਥਾ ਵੀ ਹਾਸਲ ਕਰਨੀ ਚਾਹੁੰਦੇ ਆ ਉਹ ਗਿਆਨ ਵੀ ਹਾਸਲ ਕਰਨੀ ਚਾਹੁੰਦੇ ਆ ਇਸ ਦੇ ਵਿੱਚ ਸਦਾ ਨਿਹਾਰੇ ਇਕੋ ਨੇਤਰੇ ਉਹ ਅਠੋ ਪੈਰ ਹਮੇਸ਼ਾ ਜਾਂ ਵਦ ਤੋਂ ਵਦ ਦਿਨ ਰਾਤ ਉਹ ਕਰਤੇ ਪੁਰਖ ਦੀ ਇਬਾਦਤ ਦੇ ਵਿੱਚ ਲੱਗੇ ਹੋਏ ਆ ਇੰਨੀ ਉਹਨਾਂ ਦੀ ਪ੍ਰਤੀਤ ਹੈ ਇੰਨਾ ਉਹਨਾਂ ਦਾ ਪਿਆਰ ਹੈ ਭਰੋਸਾ ਹੈ ਕਿ ਉਹ ਉਹ ਸਦਾ ਨਿਹਾਰੇ ਇੱਕੋ ਨੇਤਰੇ ਉਹ ਸਦਾ ਇੱਕ ਅਕਾਲ ਪੁਰਖ ਨੂੰ ਹਰ ਥਾਂ ਤੇ ਅੱਖਾਂ ਨਾਲ ਵੇਖਦੇ ਆ ਕਿਉਂ ਇਹ ਕੋਈ ਬਾਹਰ ਵੇਖਣਾ ਨਹੀਂ ਹੈ ਇਹ ਅੰਦਰ ਵੇਖਣਾ ਕਿਉਂਕਿ ਉੱਪਰ ਗਾਈਡ ਕਰਕੇ ਆਇਆ ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿੰਨ ਹੋਵਤ ਆਤਮ ਪ੍ਰਗਾਸ ਅੰਦਰ ਹੀ ਪ੍ਰਕਾਸ਼ ਹੈ ਉਹਨਾਂ ਦੇ ਹੁਣ ਇਸੇ ਤਰ੍ਹਾਂ ਕਈ ਜੀਵ ਤਤਮਗਰ ਲੱਗੇ ਨੇ ਤੇ ਉਹ ਹਮੇਸ਼ਾ ਪ੍ਰਭੂ ਦੀ ਇਬਾਦਤ ਕਰਦੇ ਆ ਕਈ ਕੋਟ ਨਾਮ ਰਸ ਪੀਵੇ ਅਮਰ ਭਏ ਸਦ ਸਦ ਹੀ ਜੀਵੇ ਕਰੋੜਾਂ ਹੀ ਲੋਕ ਬੰਦਗੀ ਕਰ ਕਰਕੇ ਨਾਮ ਰਸ ਪੀਣ ਦੇ ਕਾਬਲ ਹੋ ਜਾਂਦੇ ਆ ਅਮਰ ਭਏ ਸੱਦ ਸੱਦ ਹੀ ਜੀਵੇ ਉਹ ਫਿਰ ਜਨਮ ਮਰਨ ਦੇ ਗੇੜ ਚੋਂ ਨਿਕਲ ਜਾਂਦੇ ਆ ਉਹ ਕਰਤੇ ਪੁਰਖ ਦੇ ਵਿੱਚ ਹੀ ਸਮਾ ਜਾਂਦੇ ਆ ਇਸ ਕਰਕੇ ਲਿਖਿਆ ਸੱਦ ਸੱਦ ਹੀ ਜੀਵੇ ਕਿਉਂਕਿ ਕਰਤਾ ਪੁਰਖ ਅਬਨਾਸੀ ਹੈ ਤੇ ਜਿਹੜਾ ਅਭਿਆਸੀ ਉਸ ਕਰਤੇ ਪੁਰਖ ਦੀ ਬੰਦਗੀ ਕਰਦਾ ਹੈ ਉਹ ਉਸੇ ਦਾ ਰੂਪ ਬਣ ਜਾਂਦਾ ਹੈ ਕਈ ਕੋਟ ਨਾਮ ਗੁਣ ਗਾਵੇ ਆਤਮ ਰਸ ਸੁਖ ਸਹਿਜ ਸਮਾਵੇ ਕਰੂਣਾ ਲੋਕ ਕਰਤੇਪੁਰਖ ਦੀ ਬੰਦਗੀ ਕਰਦੇ ਆ ਤੇ ਨਤੀਜਾ ਕੀ ਹੁੰਦਾ ਕਿ ਉਹ ਅੰਦਰਲੇ ਸ਼ਬਦ ਰੂਪੀ ਸੁਖ ਵਿੱਚ ਇੱਕਮਿਕ ਹੋ ਜਾਂਦੇ ਆ ਅੰਦਰਲਾ ਸ਼ਬਦ ਰੂਪੀ ਸੁਖ ਪ੍ਰਕਾਸ਼ ਦਾ ਸੁਖ ਮਾਇਆ ਤੋਂ ਟੁੱਟਣ ਦਾ ਸੁਖ ਕਰਤੇਪੁਰਖ ਨਾਲ ਜੁੜਨ ਦਾ ਸੁਖ ਆਤਮ ਰਸ ਸੁਖ ਸਹਿਜ ਸਮਾਵੇ ਕਈ ਕੋਟ ਨਾਮ ਗੁੰਗਾਵੇ ਇਹ ਕੇਵਲ ਤੇ ਕੇਵਲ ਬੰਦਗੀ ਦੇ ਨਾਲ ਹੀ ਸੰਭਵ ਹੈ। ਕਰੋੜਾ ਲੋਕ ਉਸ ਕਰਤੇਪੁਰਖ ਦੀ ਬੰਦਗੀ ਕਰਦੇ ਹੈ ਤੇ ਨਤੀਜੇ ਵਜੋਂ ਉਹ ਅੰਦਰ ਦੇ ਸ਼ਬਦ ਰੂਪੀ ਸੁਖ ਨਾਲ ਇੱਕਮਿਕ ਹੋ ਜਾਂਦੇ ਆ। ਆਪਣੇ ਜਨ ਕੋ ਸਾਹ ਸਾਹ ਸਮਾਰੇ ਹੁਣ ਇਸ ਅਵਸਥਾ ਚ ਆ ਕੇ ਪਰਭੂ ਆਪਣੇ ਨੇੜਿਆਂ ਨੇੜੇ ਵਾਲਿਆਂ ਤੇ ਜਿਨ੍ਹਾਂ ਨੇ ਪ੍ਰਭੂ ਨਾਲ ਨੇੜਤਾ ਬਣਾ ਲਈ ਹੈ ਉਹਨਾਂ ਤੇ ਕਰਤਾਪੁਰਖ ਕਿਰਪਾ ਆਪਣੇ ਜਨ ਕੋ ਸਾਹ ਸਾਸ ਮਾਰੇ ਐਸੀ ਕਿਰਪਾ ਕਰਦਾ ਕਿ ਉਹ ਸਾਹ ਸਾਸ ਇਹ ਕਹ ਲੋ ਸਮਾਲਨ ਦੀ ਅਵਸਥਾ ਤੱਕ ਪਹੁੰਚ ਕਰਦੇ ਹੈ ਜਿਹੜੇ ਐਸੇ ਜਨ ਹੁੰਦੇ ਹੈ ਜਿਨ੍ਹਾਂ ਤੇ ਕਰਤੇਪੁਰਖ ਦੀ ਨਦਰ ਹੋਗੀ ਜੇ ਜਿਹੜੇ ਜਿਹੜੇ ਅੰਦਰਲੇ ਸੁੱਖ ਨੂੰ ਪਹੁੰਚ ਚੁੱਕੇ ਹੈ ਕਰਤਾਪੁਰਖ ਉਹਨਾਂ ਤੇ ਹੋਰ ਕਿਰਪਾ ਕਰਦਾ ਹੈ ਕਿ ਉਹ ਸਾਹ ਸਾਹ ਸਵਾਸ ਸਵਾਸ ਨਾਮ ਜਪ ਕੇ ਸਮਾਲਣ ਦੀ ਅਵਸਥਾ ਤੱਕ ਪਹੁੰਚ ਕਰਦੇ ਆ ਸਾਹ ਸਾਹ ਸਮਾਰੇ ਇਸ ਸਮਾਲਣ ਦੀ ਅਵਸਥਾ ਸੋਦਰ ਤੇਰਾ ਕਿਹਾ ਸੋ ਕਰਕੇ ਹ ਜਿੱਤ ਬਹਿ ਸਰਬ ਸਮਾਲੇ ਜਿੱਥੇ ਮਨ ਪੂਰਨ ਸਹਿਜ ਰੂਪ ਦੇ ਵਿੱਚ ਹੈ ਤੇ ਨਾਨਕ ਜੋਤ ਕੀ ਫੈਸਲਾ ਦਿੰਦੇ ਆ ਨਾਨਕ ਓਏ ਪਰਮੇਸ਼ਰ ਕੇ ਪਿਆਰੇ ਉਹੀ ਪਰਮੇਸ਼ਰ ਦੇ ਪਿਆਰੇ ਨੇ लाडले ਨੇ نزدیکی ਨੇ ਜਿਨ੍ਹਾਂ ਤੇ ਐਸੀ ਕਿਰਪਾ ਹੋਈ ਹੈ ਕਿ ਉਹ ਸਵਾਸ ਸਵਾਸ ਕਰਤੇ ਪੁਰਖ ਦਾ ਨਾਮ ਜਪਦੇ ਆ ਸ਼ਬਦ ਦਾ ਅਭਿਆਸ ਕਰਦੇ ਆ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਇੱਥੇ ਅੱਜ ਸਾਡੀਆਂ 10 ਅਸ਼ਟਪਦੀਆਂ ਸਮਾਪਤ ਹੁੰਦੀਆਂ ਨੇ